ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਵੱਲੋਂ ਵੱਖ-ਵੱਖ ਸਮੇਂ ਤਰ੍ਹਾਂ-ਤਰ੍ਹਾਂ ਦੇ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾਂਦਾ ਰਹਿੰਦਾ ਹੈ। ਆਪਣਾ ਵਿਰਸਾ ਐਸੋਸੀਏਸ਼ਨ ਵੱਲੋਂ ਸਟਾਕਟਨ ਬਾਬ ਥੀਏਟਰ ਵਿਖੇ ਸਤਿੰਦਰ ਸਰਤਾਜ ਦਾ ਲਾਈਵ ਸ਼ੋਅ ਕਰਵਾਇਆ ਗਿਆ, ਜੋ ਕਿ ਯਾਦਗਾਰੀ ਹੋਣੀ ਬੜਿਆ। ਪੇਸ਼ ਹੈ ਖਾਸ ਰਿਪੋਰਟ। ਆਪਣਾ ਵਿਰਸਾ ਐਸੋਸੀਏਸ਼ਨ ਵੱਲੋਂ ਸਟਾਕਟਨ ਬਾਬ ਥੀਏਟਰ ਵਿਖੇ ਸਤਿੰਦਰ ਸਰਤਾਜ ਦਾ ਲਾਈਵ ਸ਼ੋਅ ਕਰਵਾਇਆ ਗਿਆ। ਆਪਣਾ ਵਿਰਸਾ ਐਸੋਸੀਏਸ਼ਨ ਜੋ ਹਾਲ ਹੀ ਵਿੱਚ ਹੋਂਦ ਵਿੱਚ ਆਈ ਹੈ, ਇਸ ਸੰਸਥਾ ਦਾ ਇਹ ਪਲੇਠਾ ਪਰਿਵਾਰਕ ਸ਼ੋਅ ਸੀ, ਜਿਸ ਦਾ ਆਨੰਦ ਮਾਨਣ ਦੇ ਲਈ ਦਰਸ਼ਕਾਂ ਦੇ ਨਾਲ ਖਚਾਖਚ ਭਰੇ ਹਾਲ ਵਿੱਚ ਸਤਿੰਦਰ ਸਰਤਾਜ ਨੇ ਦਰਸ਼ਕਾਂ ਨੂੰ 3 ਘੰਟੇ ਤੱਕ ਕੀਲ ਕੇ ਬੰਨੀ ਰੱਖਿਆ। ਇਸ ਮੌਕੇ ਸਟੇਜ ਦੀ ਸੇਵਾ ਪੰਜਾਬੀ ਮਾਂ ਬੋਲੀ ਦੇ ਮੁੱਦਈ ਜਸਵੰਤ ਸ਼ਾਦ ਨੇ ਬਾਖੂਬੀ ਨਿਭਾਈ। ਐਸੋਸੀਏਸ਼ਨ ਵੱਲੋਂ ਆਏ ਦਰਸ਼ਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਅਤੇ ਮਹਿਕ ਪੰਜਾਬ ਦੀ ਸੰਸਥਾ ਵੱਲੋਂ ਇਸ ਮੌਕੇ ਸਹਾਇਤਾ ਸੰਸਥਾ ਨੂੰ $1100 ਦਾ ਚੈੱਕ ਵੀ ਭੇਟ ਕੀਤਾ ਗਿਆ। ਇਸ ਮੌਕੇ ਸਹਾਇਤਾ ਆਰਗੇਨਾਈਜੇਸ਼ਨ ਵੱਲੋਂ ਡਾਕਟਰ ਹਰਕੇਸ਼ ਸਿੱਧੂ ਨੇ ਸੰਸਥਾ ਦੇ ਮੋਟਿਵ ਬਾਰੇ ਵੀ ਦੱਸਿਆ। ਇਸ ਮੌਕੇ ਪ੍ਰਮੋਟਰ ਗੁਰੂ ਕੰਗ ਅਤੇ ਜਸਵੰਤ ਸ਼ਾਦ ਵੀ ਮੌਜੂਦ ਰਹੇ। ਇਸ ਮੌਕੇ ਸਰਦਾਰ ਪਰਮਿੰਦਰ ਸਿੰਘ ਸਾਹੀ ਵੱਲੋਂ ਵੀ ਸਤਿੰਦਰ ਸਰਤਾਜ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਗਈ ਅਤੇ ਉਹਨਾਂ ਨੂੰ ਜੀ ਆਇਆਂ ਕਿਹਾ ਗਿਆ।